ਪੰਜਾਬ ਰਾਖਾ ਪਿੰਡਾ ਤੇਰਾ, ਤੈਨੂੰ ਛੱਡਣ ਨੂੰ ਮਨ ਨਹੀਂ ਕਰਦਾ, ਪਰ ਅੱਛੂ ਹੁਣ ਤੇਰੇ ਵਿੱਚ ਰਹਿ ਵੀ ਨਹੀਂ ਸਕਦਾ। ਤੂੰ ਹੁਣ ਉਹ ਪਿੰਡ ਨਹੀਂ ਰਹਿ ਗਿਆ ਜਿਹਦੇ ਖਾਬ ਬੱਚੂ ਨੇ ਵੇਖੇ ਸੀ। ਤੇਰੇ ਵਿੱਚ ਮੇਰਾ ਰੱਬ ਵਸਦਾ ਸੀ, ਮੇਰੇ ਪਿੰਡਾ ਤੂੰ ਰੱਬ ਵਰਗਾ ਸੀ, ਪਰ ਤੈਨੂੰ ਛੱਡ ਕੇ ਜਾਣਾ ਪੈਣਾ। ਹੁਣ ਤੇਰੇ 'ਚ ਰਹਿ ਨਹੀਂ ਹੁੰਦਾ, ਛੱਡ ਕੇ ਜਾਣਾ ਪੈਣਾ। ਪੁੱਤਰ ਮੈਂ ਹੁਣ ਇਸ ਪਿੰਡ 'ਚ ਨਹੀਂ ਰਹਿਣਾ। ਕਿਉਂ ਨਹੀਂ ਰਹਿਣਾ? ਮੈਂ ਪੱਕਾ ਪੱਕਾ ਛੱਡ ਕੇ ਜਾਂਦਾ ਪਿਆ ਪਿੰਡ। ਨਾ ਯਾਰ ਅੱਬਾ, ਤੇਰੀ ਦਾਦੀ ਨਾਲ ਲੜਾਈ ਹੋਈ ਹੈ, ਨਾ ਅੰਮੀ ਨਾਲ ਹੋਈ ਹੈ, ਨਾ ਤਾਏ ਨਾਲ ਹੋਈ ਹੈ, ਕੀ ਹੈ ਕਿ ਸਾਨੂੰ ਕਿਉਂ ਛੱਡ ਕੇ ਜਾਂਦਾ ਪਿਆ? ਇਸ ਪਿੰਡ ਦਾ ਕਸੂਰ ਕੀ ਹੈ? ਮੈਂ ਇਸ ਪਿੰਡ 'ਚ ਪੁੱਤਰ ਨਹੀਂ ਰਹਿਣਾ, ਇਹ ਉਹ ਪਿੰਡ ਹੀ ਨਹੀਂ ਜਿਹੜਾ ਮੈਂ ਸੋਚਿਆ ਸੀ। ਮੈਂ ਇਸ ਪਿੰਡ 'ਚ ਇੱਕ ਮਿੰਟ ਨਹੀਂ ਰਹਿਣਾ, ਮੈਂ ਜਾਣਾ। ਮੈਨੂੰ ਨਾ ਰੋਕੀ ਤੂੰ ਜ਼ਿਆ, ਮੈਂ ਤੈਨੂੰ ਦੱਸਾਂ, ਮੈਨੂੰ ਜ਼ਲੇਲ ਨਾ ਕਰੀ, ਮੈਂ ਨਹੀਂ ਹੁਣ ਇਸ ਪਿੰਡ 'ਚ ਰਹਿਣਾ ਜੀ, ਬਸ। ਅੱਬਾ, ਇਸ ਪਿੰਡ ਦਾ ਕਸੂਰ ਕੀ ਹੈ ਉਹ ਤਾਂ ਦੱਸ ਦੇ। ਤੈਨੂੰ ਮੈਂ ਆਖੀ ਜਾਣਾ ਨਾ, ਤੂੰ ਚੁੱਪ ਕਰ ਤੇ ਜਾਂਦਾ ਰਹਿ, ਮੈਂ ਇਸ ਪਿੰਡ 'ਚ ਨਹੀਂ ਰਹਿਣਾ। ਮੇਰੀ ਸੁਣ ਲੈ ਗੱਲ, ਮੈਂ ਇਸ ਪਿੰਡ 'ਚ ਨਹੀਂ ਰਹਿਣਾ, ਮੈਂ ਠਾਣੀ ਖੜਾ, ਮੈਨੂੰ ਮਜਬੂਰ ਨਾ ਕਰੋ। ਮੇਰਾ ਹੁਣ ਇੱਕ ਮਿੰਟ ਇਸ ਪਿੰਡ 'ਚ ਗੁਜ਼ਾਰਾ ਨਹੀਂ, ਮੇਰਾ ਸਾਹ ਗੁਟੀਂਦਾ, ਮੇਰੀ ਜਾਨ ਨਿਕਲਦੀ ਹੈ, ਮੈਂ ਇਸ ਪਿੰਡ 'ਚ ਨਹੀਂ ਰਹਿਣਾ। ਮੈਨੂੰ ਨਾ ਮਜਬੂਰ ਕਰੀ ਸ਼ੱਬੂ, ਮੈਂ ਤੈਨੂੰ ਦੱਸਾਂ ਤੇਰੀ ਲੜਾਈ ਕਿੰਨੇ ਨਾਲ ਹੈ, ਝਗੜਾ ਕਿੰਨੇ ਨਾਲ ਹੈ, ਸਾਨੂੰ ਕੋਈ ਗੱਲ ਦੱਸਾਂਗੇ ਪਤਾ ਚੱਲੇਗਾ। ਉਹ ਭਾਈ, ਮੇਰੀ ਲੜਾਈ ਦੀ ਤੁਹਾਨੂੰ ਸਮਝ ਨਹੀਂ ਆਉਣੀ, ਤੁਸੀਂ ਮੇਰੇ ਰੋਲੇ 'ਚ ਨਾ ਪਵੋ, ਤੁਹਾਡੇ ਵਸ ਦਾ ਰੋਗ ਹੀ ਨਹੀਂ। ਮੈਂ ਠਾਣ ਲਈ ਹੈ ਮੈਂ ਹੁਣ ਇਸ ਪਿੰਡ 'ਚ ਨਹੀਂ ਰਹਿਣਾ। ਤੇਰਾ ਮੁਤਾਲਬਾ ਕਿੰਨੇ ਨਾਲ, ਘਰ ਦੇ ਜੀਆਂ ਨਾਲ, ਬਾਹਰ ਕਿਸੇ ਨਾਲ, ਪਿੰਡ ਨਾਲ, ਸੰਦਸਤ ਸੀ ਤੇਰਾ ਮੁਤਾਲਬਾ ਦੂਰ ਕਰਨਾ, ਕਿਉਂ ਛੱਡ ਜਾਣਾ ਬੱਚਿਆਂ ਨੂੰ? ਜੇ ਤੂੰ ਨਹੀਂ ਰਹਿਣਾ ਨਾ, ਮੈਂ ਤੈਨੂੰ ਆਹਦਾ ਰੋਲਾ ਦੱਸਣਾ, ਜੇ ਮੇਰਾ ਰੋਲਾ ਹੋਵੇ ਨਾ ਜਾਇਜ਼, ਮੁੜ ਮੈਨੂੰ ਰੋਕੀ ਨਾ, ਮੁੜ ਮੈਂ ਜਾਣਾ ਹੀ। ਆ ਸੁਣ ਲੈ ਗੱਲ, ਸੁਣੀ ਨਾ ਅਮਰ ਖਾਂ, ਜਿਹੜਾ ਨਾ ਆਪਣੇ ਪਿੰਡ ਦਾ ਸਦੀਕ, ਇਹ ਜੇ ਬੰਦੇ ਨਾਲ ਤਾਂ ਦੁਆ ਸਲਾਮ ਹੀ ਨਹੀਂ ਲੈਣਾ ਚਾਹੀਦਾ। ਜੇ ਦੁਆ ਸਲਾਮ ਲੈਣਾ ਵੀ ਨਾ, ਤੂੰ ਵੀ ਗੁਨਾਹ ਵਾਲੀ ਗੱਲ ਸਮਝ। ਤੂੰ ਇਹ ਜੇ ਬੰਦੇ ਨੂੰ ਐਵੇਂ ਆਪਾਂ ਮੂੰਹ ਲਾਈ ਫਿਰਨਾ, ਤੂੰ ਆਪ ਇਹ ਲਾਇਆ, ਤੂੰ ਹੈ ਮੂੰਹ, ਇਸ ਬੰਦੇ ਨੂੰ ਕੋਈ ਕੋਲ ਨਹੀਂ ਬਹਿਣ ਦਿੰਦਾ। ਸਮਝ ਆਉਂਦੀ ਕਿ ਨਹੀਂ ਮੈਨੂੰ? ਐ ਤਾਂ ਤੂੰ ਸੱਚਾ, ਸਾਰੇ ਪਿੰਡ ਵੀ ਅੱਗੇ ਮੈਨੂੰ ਦੋ ਤਿੰਨ ਚਾਰ ਬੰਦੇ ਹੋਰ ਵੀ ਆਖਿਆ, ਉਹ ਗੰਦਾ ਬੰਦਾ, ਗੰਦਾ ਬੰਦਾ ਏ। ਸੱਬੂ ਯਾਰ, ਇਹ ਗੱਲ ਤਾਂ ਸੁਣ, ਜਿਹੜਾ ਨਹੀਂ ਆ ਸਦਰੀ, ਇਹਦੀ ਦੌੜ 'ਚ ਬੜਾ ਸ਼ਰੀ ਏ। ਅੱਛਾ, ਤੂੰ ਨਾ ਇੱਕ ਰੇ ਇਹਦੀ ਛੋਰੀ ਨੂੰ ਪਸਾਦ ਕਾਡਲ ਜਾ, ਮੁੜ ਵੇਖੀ ਇਹਦੇ ਦੌੜ 'ਚ ਸ਼ਰੀਆ ਨਿਕਲਦਾ। ਐ ਤਾਂ ਅਲੀ ਤੂੰ ਸੱਚਾ, ਹਾਂ ਤੂੰ ਇਹ ਦਿਹਾੜੀ ਤੋਂ ਵੇਖ, ਇਹ ਕੰਮ ਦਾ ਪਾ ਦੇ। ਬਸ ਠੀਕ ਆ, ਮੈਂ ਤੇ ਨਾ ਟੈਨਸ਼ਨ ਨਾ ਲਵੀਂ, ਬਾਹਨ ਮਠੋਗ ਲਿਆ, ਬਸ ਸਹੀ ਹੈ। ਠੀਕ, ਹੁਣ ਮੈਨੂੰ ਦੱਸ, ਇਸ ਪਿੰਡ 'ਚ ਰਿਹਾ ਜਾਂਦਾ ਹੈ, ਔਰ ਪਿੰਡ 'ਤੇ ਉਹ ਹੁੰਦੇ ਨੇ ਜਿਨ੍ਹਾਂ ਦੀਆਂ ਇੱਜ਼ਤਾਂ ਸਾਂਝੀਆਂ ਹੁੰਦੀਆਂ ਨੇ, ਔਰ ਪਿੰਡਾਂ ਵਾਲੇ 'ਤੇ ਇੱਕ ਦੂਜੇ ਦੀਆਂ ਇੱਜ਼ਤਾਂ ਦੇ ਰਾਖੇ ਹੁੰਦੇ ਨੇ। ਪਰ ਭਾਈਆ, ਇੱਥੇ 'ਤੇ ਵਾੜ ਵਾਹੀ ਨੂੰ ਖਾਈ ਜਾਂਦੀ ਹੈ, ਇੱਥੇ 'ਤੇ ਵਾੜ ਵਾਹੀ ਨੂੰ ਖਾਈ ਜਾਂਦੀ ਹੈ। ਔਰ ਪਿੰਡ ਲੋਕ ਵਸਾਉਂਦੇ ਸਨ ਇੱਕ ਦੂਸਰੇ ਦਾ ਦੁੱਖ ਵੰਡਾਵਣ, ਔਰ ਇੱਕ ਦੂਸਰੇ ਦਾ ਦੁੱਖ ਘਟਾਵਣ, ਔਰ ਇੱਥੇ ਉਲਟਾ ਦੁੱਖ ਵਧਾਈ ਜਾਂਦੇ ਨੇ, ਔਰ ਜਲਮਾ ਬਣ ਕੇ ਇੱਕ ਦੂਜੇ ਦਾ ਖੂਨ ਚੂਸੀ ਜਾਂਦੇ ਨੇ, ਔਰ ਇੱਕ ਦੂਜੇ ਦੀਆਂ ਇੱਜ਼ਤਾਂ ਤਾਰ ਤਾਰ ਕੀਤੀ ਜਾਂਦੇ ਨੇ। ਔਰ ਪਿੰਡ ਬਣਦੇ ਸਨ ਇੱਕ ਦੂਸਰੇ ਨਾਲ ਸਾਂਝ ਪਾ ਕੇ ਰਹਿਣ ਲਈ, ਔਰ ਇੱਕ ਦੂਸਰੇ ਦਾ ਦੁੱਖ ਦਰਦ ਵੰਡਾਉਣ ਲਈ, ਔਰ ਇੱਕ ਦੂਸਰੇ ਨਾਲ ਮੁਹੱਬਤਾਂ ਪਾ ਕੇ ਰਹਿਣ ਲਈ, ਔਰ ਇੱਕ ਦੂਸਰੇ ਦਾ ਸਹਾਰਾ ਬਣ ਕੇ ਰਹਿਣ ਲਈ ਪਿੰਡ ਵਸਾਏ ਜਾਂਦੇ ਸਨ।
ਪਰ ਇਹ ਤਾਂ ਭਾਈ ਆ ਜੜਾਂ ਕੁਤਰੀ ਜਾਂਦੇ ਨੇ, ਜੜਾਂ ਕੁਤਰੀ ਜਾਂਦੇ ਨੇ, ਟੁੱਕੀ ਜਾਂਦੇ ਨੇ, ਵੱਢੀ ਜਾਂਦੇ ਨੇ, ਇੱਕ ਦੂਜੇ ਨੂੰ ਮਾਰੀ ਜਾਂਦੇ ਨੇ, ਕੋਈ ਬੰਨਿਆ ਧੁੱਪਿਆ ਲੜਦਾ ਹੀ, ਕੋਈ ਇੱਕ ਦੂਸਰੇ ਦੀ ਤਰੱਕੀ ਤੂੰ ਸੜ ਕੇ ਇੱਕ ਦੂਸਰੇ ਨੂੰ ਵੱਢਣ ਮਾਰਨ ਤੇ ਹੀ ਜਾਂਦਾ ਪਈ। ਮੈਂ ਤੈਨੂੰ ਦੱਸਾਂ, ਮੈਨੂੰ ਸ਼ੱਬੂ ਨਾ ਰੋਕੀ, ਮੈਂ ਇਹੋ ਜਿਹੇ ਪਿੰਡ 'ਚ ਨਹੀਂ ਰਹਿਣਾ, ਮੇਰਾ ਸਾਹ ਘੁਟੀਂਦਾ, ਮੈਂ ਇਹੋ ਜਿਹੇ ਪਿੰਡ 'ਚ ਨਹੀਂ ਰਹਿਣਾ।